ਪਿੰਡਾਂ 'ਚ ਆ ਗਈ ਮੰਦੀ ਅਤੇ ਘੱਟ ਗਿਆ ਕੰਮ। ਇਹ ਗੱਲ ਵੀ ਅੱਜ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਵੀ ਕੀ ਗੱਲ ਹੋਈ। ਇਹ ਗੱਲ ਹੋਈ ਹੈ ਜੀ, ਜਿਵੇਂ ਆਪਣੇ ਹੁਣ ਮੰਦੀ ਦਾ ਦੌਰ ਚੱਲ ਰਿਹਾ, ਇਹਦੇ ਕਰਕੇ ਇੱਥੇ ਜੌਬਾਂ ਥੋੜ੍ਹੀਆਂ ਜਿਹੀਆਂ ਘਟੀਆਂ ਨੇ, ਅਤੇ ਜੌਬਾਂ ਘਟਣ ਦੇ ਕਾਰਨ ਕਈ ਲੋਕਾਂ ਦੇ ਮੈਸੇਜ ਆ ਰਹੇ ਆ, ਹੈ ਨਾ, ਆਪਣੇ ਯੂਟਿਊਬ ਦੇ ਚੈਨਲ ਥੱਲੇ ਵੀ, ਸਾਡੇ ਬੱਚੇ ਨੂੰ ਹੋ ਗਏ 3 ਮਹੀਨੇ ਹੋ ਗਏ ਵਿਹਲੇ ਬੈਠੇ ਨੂੰ, ਕਈਆਂ ਦੇ ਬੱਚਿਆਂ ਨੂੰ 6 ਮਹੀਨੇ ਹੋ ਗਏ ਵਿਹਲੇ ਬੈਠਿਆਂ ਨੂੰ, ਹੈ ਨਾ। ਅਤੇ ਉਹ ਯੂਟਿਊਬ ਦੇ ਥੱਲੇ ਕਮੈਂਟ ਕਰ ਰਿਹਾ ਵੀ ਕੰਮ ਕਿਉਂ ਨਹੀਂ ਮਿਲ ਰਿਹਾ। ਕੰਮ ਇਸੇ ਕਰਕੇ ਨਹੀਂ ਮਿਲ ਰਿਹਾ, ਜਦੋਂ ਰਿਸੈਸ਼ਨ ਆਪਣਾ ਮੰਦੀ ਹਿੱਟ ਕਰਦੀ ਹੈ ਨਾ, ਉਦੋਂ ਜੌਬਾਂ ਬਹੁਤ ਚਲੀਆਂ ਜਾਂਦੀਆਂ ਨੇ, ਕਿਉਂਕਿ ਉਦੋਂ ਲੋਕ ਆਪਣੇ ਪੈਸੇ ਖਰਚਣੇ ਬੰਦ ਕਰ ਦਿੰਦੇ ਆ, ਅਤੇ ਜਦੋਂ ਬਿਜ਼ਨਸ ਸਾਨੂੰ ਫਿਰ ਘਾਟੇ ਪੈਣੇ ਸ਼ੁਰੂ ਹੋ ਜਾਂਦੇ ਆ। ਮਤਲਬ ਵੀ ਉੱਥੇ ਜਦੋਂ ਗਾਹਕ ਹੀ ਨਹੀਂ ਹੈਗਾ ਤਾਂ ਫਿਰ ਉਹਨਾਂ ਨੇ ਆਪਣੇ ਕੰਮ ਵਾਲੇ ਬੰਦਿਆਂ ਤੋਂ ਕੀ ਕਰਾਉਣਾ ਹੁੰਦਾ। ਇਸ ਕਰਕੇ ਉਹ ਆਪਣਾ ਸਟਾਫ ਕੱਢਣਾ ਸ਼ੁਰੂ ਕਰ ਦਿੰਦੇ ਆ, ਅਤੇ ਜਦੋਂ ਆਪਣਾ ਸਟਾਫ ਕੱਢਣਾ ਸ਼ੁਰੂ ਕਰਦੇ ਆ ਤਾਂ ਉਸੇ ਕਰਕੇ ਉਹ ਆਪਦਾ ਸਟਾਫ ਘਟਾ ਲੈਂਦੇ ਆ, ਜਿਹਦੇ ਨਾਲ ਜੋਬਸ ਦੀ ਆ ਜਾਂਦੀ ਆ ਕਮੀ। ਅਤੇ ਇਹ ਤਾਂ ਗੱਲ ਹੋ ਗਈ ਆਪਣੀ ਵੀ ਜੋਬਸ ਘੱਟ ਗਈਆਂ, ਅਤੇ ਹੁਣ ਜੇ ਜੋਬ ਘੱਟ ਗਈਆਂ ਤਾਂ ਇਹਦਾ ਹੱਲ ਕੀ ਆ। ਹੱਲ ਇਹਦਾ ਹੈਗਾ ਗਾ ਵੀ ਜੇ ਹੁਣ ਆਪਾਂ ਜੋਬਸ ਘਟੀਆਂ ਨੇ ਤਾਂ ਜੋਬਸ ਲੈਣੀਆਂ ਕਿਵੇਂ ਨੇ ਬੈਠ ਕੇ, ਅਤੇ ਘਰ ਬੈਠ ਕੇ ਨਹੀਂ ਮਿਲਣੀਆਂ ਜੋਬਸ, ਜੋਬਸ ਲਈ ਆਪਾਂ ਨੂੰ ਬਾਹਰ ਨਿਕਲਣਾ ਪੈਣਾ। ਇਸ ਕਰਕੇ ਆਪਾਂ ਨੂੰ ਕੀ ਕਰਨਾ, ਸਾਰਿਆਂ ਨਾਲੋਂ ਪਹਿਲਾਂ ਤਾਂ ਆਪਾਂ ਜਿੰਨੀਆਂ ਵੀ ਏਜੰਸੀਆਂ ਨੇ ਜਿਹੜੀਆਂ ਕੰਮ ਦਵਾਉਂਦੀਆਂ ਨੇ ਉਹਨਾਂ ਦੇ ਕੋਲ ਆਪਣੇ ਰਿਜ਼ਿਊਮ ਦੇ ਕੇ ਆਉਣੇ ਆ। ਜੇ ਆਪਾਂ ਘਰ ਬੈਠੇ ਰਹਾਂਗੇ ਤਾਂ ਜੋਬਸ ਨਹੀਂ ਮਿਲਣੀਆਂ, ਇਸ ਕਰਕੇ ਆਪਾਂ ਨੂੰ ਉਹਨਾਂ ਦੇ ਜਾ ਕੇ ਨਾ ਰਿਜ਼ਿਊਮ ਡਰੋਪ ਕਰਨੇ ਪੈਣੇ। ਘਰ ਬੈਠ ਕੇ ਕਿਸੇ ਨੇ ਕੰਮ ਨਹੀਂ ਦੇਣਾ, ਹੈ ਨਾ। ਅਤੇ ਤੁਸੀਂ ਕੋਸ਼ਿਸ਼ ਕਰੋ ਵੀ ਜਿੰਨੇ ਵੀ ਰਿਜ਼ਿਊਮ ਆ ਤੁਸੀਂ ਡਰੋਪ ਕਰੋ। ਉਦੋਂ ਬਾਅਦ 'ਚ ਮੈਕਡੋਨਲ, ਟਿਮ ਹੋਟਨਸ, ਇਹਨਾਂ 'ਤੇ ਹਜੇ ਵੀ ਕੰਮ ਹੈਗਾ। ਇਹ ਮੰਦੀ ਦੇ ਦੌਰ ਕਰਕੇ ਇੱਥੇ ਇਹਨਾਂ ਦੇ ਕੰਮ ਨਹੀਂ ਘਟਿਆ, ਕਿਉਂਕਿ ਫੂਡ ਵਾਲਾ ਕੰਮ ਆ ਨਾ, ਇਹਨੂੰ ਥੋੜ੍ਹੀ ਮੰਦੀ ਘੱਟ ਹਿੱਟ ਕਰਦੀ ਆ। ਜੇ ਤੁਸੀਂ ਮੈਕਡੋਨਲ ਅਤੇ ਟਿਮਸ ਦੇ ਉੱਤੇ ਜਾ ਕੇ ਕੰਮ, ਥੋੜ੍ਹਾ ਜਿਹਾ ਹਾਰਡ ਹੁੰਦਾ ਕੰਮ ਤਾਂ ਉਹਨਾਂ 'ਤੇ, ਪਰ ਜੇ ਉੱਥੇ ਜਾ ਕੇ ਆਪਾਂ ਦਵਾਂਗੇ ਆਪਦੇ ਰਿਜ਼ਿਊਮ ਤਾਂ ਬਹੁਤ ਹੀ ਆਪਣੇ ਜ਼ਿਆਦਾ ਚਾਂਸਿਸ ਨੇ ਵੀ ਕੰਮ ਤੁਹਾਨੂੰ ਮਿਲ ਜੂਗਾ। ਅਤੇ ਜਿਹੜੇ ਬੰਦੇ ਵਿਜ਼ਟਰ ਆਏ ਨੇ ਉਹਨਾਂ ਵਾਸਤੇ ਥੋੜ੍ਹਾ ਜਿਹਾ ਹਜੇ ਔਖਾ ਗਾ ਕੰਮ ਹੋ ਰਿਹਾ, ਹੈ ਨਾ। ਕਈ ਬੰਦੇ ਵਿਜ਼ਟਰ ਆ ਕੇ ਵੀ ਕੰਮ ਕਰਨਾ ਚਾਹੁੰਦੇ ਨੇ, ਅਤੇ ਆਪਾਂ ਇਹ 'ਤੇ ਬਲੌਗ 'ਤੇ ਵੀ ਪਾਵਾਂਗੇ ਵੀ ਵਿਜ਼ਟਰ ਵਾਲੇ ਆਪਦਾ ਵਰਕ ਪਰਮਿਟ ਕਿਵੇਂ ਲੈ ਸਕਦੇ ਨੇ, ਅਤੇ ਕਿਹੜੇ ਬੰਦੇ ਨੂੰ ਵਰਕ ਪਰਮਿਟ ਲੈਣ ਦਾ ਵਿਜ਼ਟਰ ਵਾਲੇ ਨੂੰ ਫਾਇਦਾ। ਅਸਲ 'ਚ ਤਾਂ ਫਾਇਦਾ ਤਾਂ ਜਵਾਨ ਬੰਦੇ ਨੂੰ ਹੀ ਆ ਵਿਜ਼ਟਰ ਤੋਂ ਵਰਕ ਪਰਮਿਟ ਕਰਵਾਉਣ ਦਾ, ਕਿਉਂਕਿ ਜਿਹੜਾ ਥੋੜ੍ਹਾ ਜਿਹਾ ਬੰਦਾ ਜ਼ਿਆਦਾ ਉਮਰ ਦਾ ਹੋ ਜਾਂਦਾ, ਅਬਵ 60 ਹੋ ਜਾਂਦਾ, ਉਹ ਬੰਦੇ ਨੂੰ ਨਹੀਂ ਫਾਇਦਾ, ਹੈ ਨਾ। ਅਤੇ ਜਾਂ ਅਬਵ 50 ਵੀ ਹੋ ਜਾਂਦਾ ਉਹਨੂੰ ਵੀ ਨਹੀਂ ਫਾਇਦਾ, ਹੈ ਨਾ। ਇਸ ਕਰਕੇ ਜਿਹੜਾ ਬੰਦਾ ਕੰਮ, ਕਿਉਂਕਿ ਉਹ ਵਿਜ਼ਟਰ ਵਾਲੇ ਆ ਨਾ, ਫਿਰ ਉਦੋਂ ਬਾਅਦ ਜਦੋਂ ਵਰਕ ਪਰਮਿਟ ਲੈਂਦੇ ਹਾਂ ਤਾਂ ਆਪਾਂ ਫਿਰ PR ਵੀ ਹੋਣਾ ਹੁੰਦਾ ਉਸ ਸਿਰ 'ਤੇ ਹੀ। ਅਤੇ ਇਸ ਕਰਕੇ ਆਪਾਂ ਨੂੰ ਉੱਥੇ ਹਾਰਡ ਹੁੰਦਾ, ਜੋਬ ਹਾਰਡ ਕਰਨੀ ਪੈਂਦੀ ਆ, ਅਤੇ ਕਈ ਬੰਦਿਆਂ ਤੋਂ ਇੰਨੀ ਹਾਰਡ ਜੋਬ ਹੁੰਦੀ ਨਹੀਂ ਫਿਰ। ਅਤੇ ਇਸ ਕਰਕੇ ਫਾਇਦਾ ਵੀ ਥੋੜ੍ਹਾ ਜਿਹਾ ਬੰਦਾ ਏਜ ਬੱਚੀ ਹੋਵੇ ਉਹ ਬੰਦੇ ਨੂੰ ਕਰਨ ਦਾ ਫਾਇਦਾ, ਐਵੇਂ ਨਹੀਂ ਉਹ ਬੰਦੇ ਨੂੰ ਕਰਨ ਲੈ ਲੈਣੇ ਚਾਹੀਦਾ, ਇੰਨੇ ਪੈਸੇ ਲਾ ਦੇਣੇ ਚਾਹੀਦੇ, ਕਿਉਂਕਿ ਪੈਸਾ ਵੀ $20,000 ਵਾਂਗੂ ਲੱਗ ਜਾਂਦਾ ਗਾ ਵਰਕ ਪਰਮਿਟ ਕਰਵਾਉਣ ਦਾ ਵਿਜ਼ਟਰ ਵੀਜ਼ੇ ਤੋਂ। ਅਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਗੱਲਬਾਤ ਆ ਆਪਣੇ ਮੌਸਮ ਦੀ, ਮੌਸਮ ਦੀ ਗੱਲਬਾਤ ਦੇਖੋ ਫਿਰ ਬਰਫ਼ ਦਿਖਾਈਏ ਤੁਹਾਨੂੰ ਕੀ ਗੱਲ। ਆਹ ਦੇਖੋ ਲੱਗਦਾ ਨਾ ਗਲੇਸ਼ੀਅਰ, ਪੂਰੀ ਬਰਫ਼ੋ ਬਰਫ਼ ਹੋਇਆ ਹੋਇਆ ਕੰਮ, ਅਤੇ ਉੱਧਰ ਰੋਡ 'ਤੇ ਪੂਰੀ ਬਰਫ਼ ਪਈ ਹੋਈ ਆ। ਹਜੇ ਤਾਂ ਇਹ ਥੋੜ੍ਹੀ ਸਖਤ ਹੋ ਗਈ, ਇਸ ਕਰਕੇ ਤਾਂ ਤੁਰਿਆ ਜਾ ਸਕਦਾ, ਨਹੀਂ ਤਾਂ ਇਹਦੇ ਵਿੱਚ ਗੋਡੇ ਤੱਕ ਪੈਰ ਜਾਂਦਾ ਸੀ, ਗੋਡੇ ਤੱਕ ਲੱਤ ਜਾਂਦੀ ਸੋਰੀ, ਅਤੇ ਇੰਨਾ ਕੰਮ ਖਰਾਬ ਸੀ। ਹੁਣ ਕਾਫੀ ਫਰਕ ਪੈ ਗਿਆ, ਅਤੇ ਇੱਥੇ ਉੱਪਰ ਉਹ ਬੱਚਿਆਂ ਨੇ ਖੇਡ ਖੇਡ ਕੇ ਉੱਤੋਂ ਤਿਲਕ ਤਿਲਕ ਹੀ ਆਉਂਦੇ ਆ, ਇੱਥੇ ਝੂਲੇ ਝਾਲੇ ਵੀ ਲੱਗੇ ਉਹਨਾਂ ਦੇ। ਅਤੇ ਇਹਦੇ ਸ਼ਹਿਰ ਬਾਰੇ ਵੀ ਤੁਹਾਨੂੰ ਦਵਾਂਗੇ ਜਾਣਕਾਰੀ, ਇਹ ਹੈਗਾ ਸ਼ਹਿਰ ਅਲਬਰਟਾ ਦਾ, ਸ਼ਹਿਰ ਨਹੀਂ ਇੱਕ ਪਿੰਡ ਹੀ ਸਮਝੋ ਤੁਸੀਂ, ਪਿੰਡ ਹੀ ਆ। ਹੋਰ ਜਿਹੜੀ ਆਪਣੀ ਪ੍ਰੋਬਲਮ ਆ ਰਹੀ ਆ ਉਹ ਕਿਹੜੀ ਆ ਰਹੀ ਆ, ਵੀ ਜਿਹੜੀ ਜੋਬ ਘਟਣ ਨਾਲ ਬੱਚੇ ਮਹਿੰਗਾਈ ਦੀ ਮਾਰ ਨਹੀਂ ਝੱਲ ਪਾ ਰਹੇ, ਹੈ ਨਾ। ਹੁਣ ਮਹਿੰਗਾਈ ਬਹੁਤ ਜ਼ਿਆਦਾ ਹੋਈ ਹੋਈ ਆ ਇੱਥੇ, ਰੈਂਟ ਜਿਹੜਾ 900 ਹੁੰਦਾ ਸੀ ਉਹ ਰੈਂਟ ਅੱਜ 1200 'ਤੇ ਚੱਲਿਆ ਗਿਆ ਜਾਂ 1500 'ਤੇ ਚੱਲਿਆ ਗਿਆ ਇੱਕ ਬੈੱਡਰੂਮ ਅਪਾਰਟਮੈਂਟ ਦਾ। ਇਸ ਕਰਕੇ ਬੱਚਿਆਂ ਨੂੰ ਰੈਂਟ ਲੋਂ ਬਹੁਤ ਮਾਰ ਪੈ ਰਹੀ ਆ, ਕਾਰਾਂ ਦੀਆਂ ਇੰਸ਼ੋਰੈਂਸ ਵੱਲੋਂ ਬਹੁਤ ਮਾਰ ਪੈ ਰਹੀ ਆ। ਅਤੇ ਇੱਕ ਗੱਲ ਜਿਹੜੀ ਤੁਹਾਨੂੰ ਵਿੱਚ ਮੈਂ ਟੋਕ ਕੇ ਦਿਖਾਉਣੀ ਚਾਹੁੰਦਾ ਸੀ, ਜਿਹੜੀ ਲਾਇਬ੍ਰੇਰੀ ਦੀ, ਆਹ ਦੇਖੋ ਇੱਥੇ ਲਾਇਬ੍ਰੇਰੀਆਂ ਬਣਾ ਕੇ ਰੱਖਦੇ ਨੇ ਛੋਟੀਆਂ ਛੋਟੀਆਂ, ਇਹਦੇ ਵਿੱਚ ਕਿਤਾਬਾਂ ਪਾ ਕੇ ਰੱਖਦੇ ਆ ਇਹ ਆਪਦੀਆਂ, ਜਿਹੜੀਆਂ ਇਹਨਾਂ ਦੀਆਂ ਫੇਵਰੇਟ ਨੇ, ਤੁਸੀਂ ਪੜ੍ਹ ਕੇ ਆਪਦੇ ਕੋਲ ਲੈ ਕੇ ਜਾ ਸਕਦੇ ਹੋ, ਫ੍ਰੀ ਆ ਇਹ, ਕੋਈ ਇਹਦਾ ਪੈਸਾ ਨਹੀਂ ਹੁੰਦਾ।
ਅਤੇ ਇਹਨਾਂ ਛੋਟੀਆਂ ਛੋਟੀਆਂ ਲਾਇਬ੍ਰੇਰੀਆਂ ਬਹੁਤ ਬੰਦਿਆਂ ਨੇ ਬਾਹਰ ਬਣਾਈਆਂ ਹੋਈਆਂ ਨੇ ਵੀ ਤੁਸੀਂ ਆਪਣੀ ਕਿਤਾਬ ਇਹਦੇ ਕੱਢੋ ਅਤੇ ਪੜ੍ਹੋ ਅਤੇ ਵਾਪਸ ਰੱਖ ਕੇ ਵੀ ਜਾ ਸਕਦੇ ਹੋ, ਆਪਣੇ ਕੋਲ ਰੱਖ ਵੀ ਸਕਦੇ ਹੋ, ਇਹ 'ਚ ਕੋਈ ਚੱਕਰ ਨਹੀਂ। ਕਰਕੇ ਨਾ ਬੱਚਿਆਂ ਨੂੰ ਜੋਬਸ ਨਾ ਮਿਲਣ ਕਰਕੇ ਉਹ ਡਿਪਰੈਸ਼ਨ 'ਚ ਜਾ ਰਹੇ ਨੇ, ਹੈ ਨਾ, ਅਤੇ ਕੋਸ਼ਿਸ਼ ਕਰਨੀ ਪੈਣੀ ਆ ਉਹਨਾਂ ਨੂੰ। ਇਹ ਥੋੜ੍ਹਾ ਜਿਹਾ ਹਾਰਡ ਟਾਈਮ ਆ, ਆਜੂ ਕੰਮ ਲੋਟ, ਐਂ ਨਹੀਂ ਹੈਗਾ ਵੀ ਐਵੇਂ ਰਹੂਗਾ, ਕਿਉਂਕਿ ਮਾੜਾ ਸਮਾਂ ਤਾਂ ਇਹਨਾਂ 'ਤੇ ਆਉਂਦਾ ਹੀ ਰਹਿੰਦਾ ਹੁੰਦਾ। ਪਹਿਲਾਂ ਵੀ ਤਾਂ ਮੰਦੀ ਦੀ ਦੌਰ ਕੈਨੇਡਾ ਦੇ ਵਿੱਚ ਆਈ ਆ, ਅਤੇ ਜਿਹੜਾ ਹੁਣ ਆ ਇਹ ਦੌਰ ਵੀ ਲੰਘ ਜੂਗਾ, ਪਰ ਇਹਨੂੰ ਲੰਘਣ ਵਾਸਤੇ ਬੰਦੇ ਨੂੰ ਥੋੜ੍ਹਾ ਜਿਹਾ ਸਟਰੋਂਗ ਹੋਣਾ ਪਊਗਾ ਨਾ। ਅਤੇ ਗਰੋਸਰੀਆਂ ਦੇ ਰੇਟ ਵੀ ਥੋੜ੍ਹੇ ਜਿਹੇ ਇਸ ਟਾਈਮ 'ਚ ਬਹੁਤ ਵਧੇ ਹੋਏ ਆ। ਇੱਕ ਤੁਸੀਂ ਵੀਡੀਓ ਦੇਖੀ ਹੋਣੀ ਆ ਵੀ ਮੈਂ ਸੀ ਜੱਜ ਮਾਨਣਾ ਕੀ ਕਰਾਂ, ਆਟਾ 20 ਤੋਂ ਪਾਰ ਹੋ ਗਿਆ, ਜਿਹੜਾ ਆਟਾ ਅਸੀਂ ਜਦੋਂ ਨਵੇਂ ਆਏ ਸੀ $7 ਦਾ ਸੀ, ਉਹ $20 ਦਾ ਹੋ ਚੁੱਕਿਆ, ਇੰਨਾ ਫਰਕ ਪੈ ਗਿਆ। ਅਤੇ ਜਿਹੜੀ ਗੋਭੀ ਪੰਜ ਆਪਣੀ $2 ਦੀ ਜਾਂ $3 ਦੀ ਹੁੰਦੀ ਸੀ, ਉਹ 5, 5.5, 7 ਇਹ $ ਤੱਕ ਮਿਲ ਰਹੀ ਆ, ਹੈ ਨਾ, ਜਿਹਦੇ ਨਾਲ ਕਿ ਬੱਚਿਆਂ ਨੂੰ ਇਹ ਅਫੋਰਡ ਕਰਨੇ ਔਖੀਆਂ ਹੋ ਰਹੀਆਂ ਚੀਜ਼ਾਂ। ਫਿਰ ਕਾਰਾਂ, ਜੇ ਬੱਚੇ ਆਪਣੇ ਹੁਣ ਵੱਡੀ ਕਾਰ ਲੈਣ ਤੋਂ ਥੋੜ੍ਹੀ ਜਿਹੀ ਕੋਈ ਵੀ ਕਾਰ ਲੈਣ ਤੋਂ ਥੋੜ੍ਹਾ ਜਿਹਾ ਆਪਦਾ ਰੁਕ ਜਾਣ ਤਾਂ ਬਾਹਲਾ ਵਧੀਆ, ਕਿਉਂਕਿ ਕਾਰਾਂ ਦੀ ਇੰਸ਼ੋਰੈਂਸਾਂ ਵੀ ਬਹੁਤ ਜ਼ਿਆਦਾ ਵਧਾਈਆਂ ਪਈਆਂ ਇਹਨਾਂ ਨੇ, ਉਹਦੇ ਨਾਲ ਬਹੁਤ ਵੱਡਾ ਖਰਚਾ ਆਪਣੇ ਉਹਦੇ ਵਿੱਚ ਖਰਚ 'ਚ ਇਨਕਲੂਡ ਹੋ ਜਾਂਦਾ, ਹੈ ਨਾ। ਅਤੇ ਤੁਸੀਂ ਕਹਿ ਰਹੇ ਹੋਵੋਗੇ ਵੀ ਅੱਖਾਂ ਮੂੰਹ ਜਿਹਾ ਕਦੋਂ ਭੱਦਾ ਭੱਦਾ ਜਿਹਾ ਬਣ ਰਿਹਾ, ਅੱਖਾਂ ਜਿਹੀਆਂ ਕਦੋਂ ਮਿਚ ਰਹੀਆਂ, ਉਹ ਬਰਫ਼ ਆ ਨਾ ਜਿਹੜੀ ਮੂੰਹ 'ਤੇ ਸਿੱਧਾ, ਪਹਿਲਾਂ ਧੁੱਪ ਬਰਫ਼ 'ਤੇ ਪੈਂਦੀ ਆ, ਉਹ ਚਿੱਟੀ ਹੋਣ ਕਰਕੇ ਸਿੱਧੀ ਮੂੰਹ 'ਤੇ ਪੈਂਦੀ ਆ ਰੋਸ਼ਨੀ, ਇਸ ਕਰਕੇ ਅੱਖਾਂ ਬੰਦ ਐਂ ਬੰਦ ਜਿਹਾ ਹੋ ਰਹੀਆਂ ਅਤੇ ਮੂੰਹ ਜਿਹਾ ਹੋਰ ਹੀ ਬਣ ਰਿਹਾ। ਅਤੇ ਤੁਸੀਂ ਮਗਰ ਬਰਫ਼ 'ਤੇ ਪਹਾੜ ਲੱਗੇ ਵੀ ਦੇਖ ਸਕਦੇ ਹੋ ਨਾ, ਹਰ ਟਾਈਮ ਵੀ ਲੰਘ ਜੂਗਾ ਕਿਉਂਕਿ ਇਹਨੇ ਲੰਘਣਾ ਹੀ ਆ। ਕੈਨੇਡਾ ਦੇ ਸਿਸਟਮ ਨੇ ਇੱਕ ਵਾਰ ਇਹ ਮੰਗਿਆਈ ਜਿਹੜੀ ਵਧਾਈ ਆ, ਇਹ ਮੰਗਿਆਈ ਵਧਾਈ ਕਿਉਂ ਆ, ਕਿਉਂਕਿ ਇੰਟਰਸਟ ਰੇਟ ਵਧੇ ਨੇ, ਇੰਟਰਸਟ ਰੇਟ ਜਾਣੀ ਕਿ ਵਿਆਜ ਦਰਾਂ ਵਧਾ ਕੇ ਇਹਨਾਂ ਨੇ ਮਹਿੰਗਾਈ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੀ ਆ, ਹੈ ਨਾ। ਅਤੇ ਇਹਨਾਂ ਨੇ ਇਹ ਕੰਮ ਕਰ ਲੈਣਾ ਆਪਣੇ, ਕਿਉਂਕਿ ਇਹਨਾਂ ਦੇ ਵਧੀਆ ਵਧੀਆ ਜਿਹੜੇ ਅਰਥ ਸ਼ਾਸਤਰੀ ਨੇ, ਹੈ ਨਾ, ਜਿਹੜੇ ਬੈਠ ਕੇ ਨੀਤੀਆਂ ਬਣਾਉਂਦੇ ਨੇ, ਉਹਨਾਂ ਦੇ ਵੱਡੇ ਵੱਡੇ ਦਿਮਾਗ, ਅਤੇ ਉਹਨਾਂ ਨੇ ਮਿਲ ਕੇ ਇਹ ਕੰਮ ਕਰਿਆ ਅਤੇ ਹੌਲੀ ਹੌਲੀ ਕਾਬੂ ਪਾ ਲੈਣਗੇ, ਹੈ ਨਾ। ਇਸ ਕਰਕੇ ਆਪਾਂ ਨੂੰ ਥੋੜ੍ਹਾ ਸਟਰੋਂਗ ਹੋਣ ਦੀ ਲੋੜ ਆ, ਵੀ ਜਿਹੜੇ ਇੱਥੇ ਨਵੇਂ ਨਿਊ ਬੰਦੇ ਆ, ਜਿਹੜੇ ਪੁਰਾਣੇ ਬੰਦੇ ਆ, ਉਹਨਾਂ ਨੇ ਤਾਂ ਬਹੁਤ ਜ਼ਿਆਦਾ ਕਾਬੂ ਕਰ ਲਿਆ ਆਪਦੇ, ਹੈ ਨਾ, ਹਾਲਾਤਾਂ ਨੂੰ। ਅਤੇ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਥੋੜ੍ਹੀ ਜਿਹੀ ਹਜੇ ਔਖੀ ਹੋਊਗਾ, ਉਹਨਾਂ ਨੂੰ ਤਾਂ ਲੱਗੂਗਾ ਵੀ ਲੈ ਇੱਥੇ ਤਾਂ ਕੁਛ ਵੀ ਨਹੀਂ, ਵੀ ਅਸੀਂ ਉੱਥੇ ਐਂ ਕਰੇ, ਉਹ ਮੰਨ ਰਹੇ ਸੀ, ਪਰ 2-4 ਸਾਲਾਂ ਤੱਕ ਕੰਮ ਠੀਕ ਹੋ ਜੂਗਾ, ਕਿਉਂਕਿ ਇਹ ਪੋਜ਼ਿਟਿਵ ਵੱਲ ਆਪਾਂ ਚੱਲਣਾ, ਨੈਗੇਟਿਵ ਵੱਲ ਨਹੀਂ ਚੱਲਣਾ, ਹੈ ਨਾ। ਅਤੇ ਇੱਕ ਮੌਸਮ ਬੜਾ ਇੱਥੋਂ ਦਾ ਇੱਕ ਹਾਰਡ ਪਾਰਟ ਆ ਵੀ ਮੌਸਮ ਬਹੁਤ ਜ਼ਿਆਦਾ ਠੰਡਾ ਹੁੰਦਾ ਗਾ, ਇਹ ਵੀ ਥੋੜ੍ਹਾ ਜਿਹਾ ਬੱਚਿਆਂ ਨੂੰ ਸਮਝਾ ਕੇ ਤੋਰਿਓ ਵੀ ਉੱਥੇ ਕੰਮ ਆ ਨਾ ਜਿਹੜਾ, ਅਤੇ ਲਾਈਫ ਆ ਜਿਹੜੀ ਹਾਰਡ ਹੋਊਗੀ, ਬਾਹਲੀ ਸੌਖੀ ਲਾਈਫ ਨਹੀਂ ਉੱਥੇ ਹੈਗੀ, ਹੈ ਨਾ। ਜਿਵੇਂ ਆਪਾਂ ਕਈ ਵਾਰ ਕਰ ਜਾਂਦੇ ਹਾਂ ਵੀ ਉੱਥੇ ਲਾਈਫ ਈਜ਼ੀ ਹੋਊਗੀ, ਈਜ਼ੀ ਲਾਈਫ ਵਾਲਾ ਕੋਈ ਫੰਡਾ ਨਹੀਂ ਹੈਗਾ ਉਰੇ। ਪਹਿਲੇ 5 ਸਾਲ ਦਾ ਤੁਹਾਨੂੰ ਪੂਰਾ ਐਨ ਬਾਜਾ ਵਜਾਉਣਗੇ, ਜਾਣੀ ਪਹਿਲੇ 5 ਸਾਲ ਦਾ ਤੁਹਾਡਾ ਕਚੂੰਬਰ ਕੱਢਣਗੇ, ਫਿਰ ਜਾ ਕੇ ਤਾਂ ਮਾੜੇ ਮੋਟੇ ਪੈਰ ਲੱਗਦੇ ਆ। ਇਸ ਕਰਕੇ ਮੈਂ ਆ ਕਈ ਵਾਰ ਵੀਡੀਓ 'ਚ ਕਹਿ ਦਿੰਦਾ ਹੁੰਦਾ ਵੀ ਇੰਡੀਆ ਜ਼ਿਆਦਾ ਛੇਤੀ ਬੰਦਾ ਗਰੋ ਕਰ ਸਕਦਾ, ਕਿਉਂਕਿ ਇੰਡੀਆ ਦੇ ਵਿੱਚ ਆਪਣੇ ਕੋਲ 0 ਤੋਂ ਸਟਾਰਟ ਨਹੀਂ ਕਰਨਾ ਹੁੰਦਾ, ਇੱਥੇ 0 ਤੋਂ ਸਟਾਰਟ ਕਰਨਾ ਪੈਂਦਾ ਬੰਦੇ ਨੂੰ, ਹੈ ਨਾ। ਇੱਕ ਪੁਆਇੰਟ ਜਿਹੜਾ ਮੈਂ ਹੋਰ ਐਡ ਕਰਨਾ ਸੀ ਉਹ ਇਹ ਆ ਵੀ ਇੱਥੇ ਇਕੱਲਾਪਨ ਬਹੁਤ ਜ਼ਿਆਦਾ, ਹੈ ਨਾ। ਤੁਸੀਂ ਦੇਖਿਆ ਹੋਊ ਮੇਰੀ ਸਾਰੀ ਵੀਡੀਓ ਦੇ ਵਿੱਚ ਵੀ ਗੱਡੀਆਂ ਤਾਂ ਜ਼ਰੂਰ ਫਿਰ ਰਹੀਆਂ ਨੇ ਪਰ ਕੋਈ ਬੰਦਾ ਨਹੀਂ ਫਿਰ ਰਿਹਾ, ਗੱਡੀਆਂ ਤਾਂ ਜ਼ਰੂਰ ਫਿਰ ਰਹੀਆਂ ਨੇ ਅਤੇ ਕੋਈ ਬੰਦਾ ਨਹੀਂ ਫਿਰ ਰਿਹਾ, ਕਿਉਂਕਿ ਉਹ ਗੱਡੀਆਂ ਆਈਆਂ ਸੀ, ਮੈਂ ਤਾਂ ਥੋੜ੍ਹਾ ਦੁਬਾਰਾ ਬੋਲਿਆ, ਬੰਦਾ ਨਹੀਂ ਫਿਰ ਰਿਹਾ ਇੱਥੇ ਇਕੱਲੇਪਨ ਨਾਲ। ਜਿਹੜੇ ਬੰਦੇ ਨੂੰ ਪਹਿਲੇ ਡਿਪਰੈਸ਼ਨ ਆ ਉਹ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਕੇ ਆਵੇ, ਕਿਉਂਕਿ ਫਿਰ ਉਹ ਬੰਦਾ ਇੱਥੇ ਆ ਕੇ ਹੋਰ ਜ਼ਿਆਦਾ ਡਿਪਰੈਸ਼ਨ ਦੇ ਸ਼ਿਕਾਰ ਹੋ ਸਕਦਾ, ਹੈ ਨਾ। ਤਾਂ ਕੋਸ਼ਿਸ਼ ਕਰਿਓ ਜਿਹੜੇ ਬੰਦੇ ਨੂੰ ਡਿਪਰੈਸ਼ਨ ਆ ਉਹ ਬੰਦਾ ਸਟਰੋਂਗ ਹੋ ਕੇ ਆਵੇ, ਆਪਣੀਆਂ ਦਵਾਈਆਂ ਦਵਾਈਆਂ ਪਹਿਲਾਂ ਹੀ ਲੈ ਕੇ ਆਵੇ, ਕਿਉਂਕਿ ਇੱਥੇ ਆ ਕੇ ਤੁਹਾਡਾ ਡਿਪਰੈਸ਼ਨ ਵਧਣਾ ਘਟਣਾ ਨਹੀਂ, ਸਹੀ ਆ ਨਾ, ਕਿਉਂਕਿ ਇੱਥੇ ਮੌਰਗੇਜਾਂ ਕਰਜ਼ੇ ਵਾਲੇ ਨੇ ਅਤੇ ਕਿਸ਼ਤਾਂ ਆਈਆਂ ਹੀ ਰਹਿੰਦੀਆਂ ਨੇ, ਠੀਕ ਹੈ ਨਾ। ਇਸ ਕਰਕੇ ਕਿਸ਼ਤਾਂ ਨੇ ਤੁਹਾਡਾ ਦਿਮਾਗ ਚੱਕ ਦੇਣਾ ਅਤੇ ਤੁਹਾਨੂੰ ਸਮਝ ਨਹੀਂ ਆਉਣਾ ਵੀ ਅਸੀਂ ਕਰੀਏ ਕੀ, ਹੈ ਨਾ। ਇਸ ਕਰਕੇ ਥੋੜ੍ਹਾ ਸਟੇਬਲ ਹੋਣ ਨੂੰ ਤੁਹਾਨੂੰ ਟਾਈਮ ਜ਼ਰੂਰ ਲੱਗੂ, 5 ਸਾਲ ਲੱਗ ਜਾਣਗੇ ਜੇ ਬੰਦਾ PR ਵੀ ਡਾਇਰੈਕਟ ਆਉਂਦਾ, ਉਹ ਬੰਦੇ ਨੂੰ ਵੀ ਲੱਗ ਜਾਂਦੇ ਆ।
ਕਈ ਬੰਦਿਆਂ ਨੂੰ ਨਾ ਪੀ ਕਹਿੰਦੇ ਅਸੀਂ ਪੀ ਆਰ ਡਾਇਰੈਕਟ ਆਉਣਾ ਉਹਨੂੰ ਨਹੀਂ ਇੰਨਾ ਸਟੂਡੈਂਟਸ ਨੂੰ ਨਹੀਂ ਇੰਨਾ ਔਖਾ ਇਕੱਲਾ ਸਟੂਡੈਂਟਸ ਨੂੰ ਨਹੀਂ ਇੰਨਾ ਔਖਾ ਜਿੰਨਾ ਪੀ ਆਰ ਵਾਲਿਆਂ ਨੂੰ ਵੀ ਔਖਾ ਕਿਉਂਕਿ ਪੀ ਆਰ ਵਾਲਾ ਬੰਦਾ ਕੋਈ ਨਾ ਕੋਈ ਕੰਮ ਕਰਕੇ ਆਇਆ ਹੁੰਦਾ ਉੱਥੇ ਉਹ ਫਿਰ ਕੰਪੇਅਰ ਕਰਨਾ ਸ਼ੁਰੂ ਕਰ ਦਿੰਦਾ ਨਾ ਜਦੋਂ ਕੰਪੇਅਰ ਕਰਨਾ ਸ਼ੁਰੂ ਕਰਦਾ ਉਹਦੇ ਨਾਲ ਕੀ ਹੁੰਦਾ ਫਿਰ ਉਹਨੂੰ ਡਿਪਰੈਸ਼ਨ ਹੋਣਾ ਜ਼ਿਆਦਾ ਸ਼ੁਰੂ ਹੋ ਜਾਂਦਾ ਵੀ ਉੱਥੇ ਮੈਂ ਇੰਨਾ ਵਧੀਆ ਸੀ ਇੱਥੇ ਮੈਂ ਆਏ ਹਾਂ ਅਤੇ ਜਿਹੜੇ ਬੰਦੇ ਉੱਥੇ ਚਿੱਟੇ ਚੁੱਟੇ ਕੁੜਤੇ ਪਜਾਮੇ ਪਾ ਕੇ ਰੱਖਦੇ ਆ ਚਿੱਟੇ ਕੁੜਤੇ ਪਜਾਮੇ ਮਾੜੇ ਨਹੀਂ ਪਾਉਣੇ ਵਧੀਆ ਪਾਉਣੇ ਚਾਹੀਦੇ ਅਸੀਂ ਵੀ ਪਾਏ ਆ ਪਰ ਕੰਮ ਕਰਨਾ ਵੀ ਜ਼ਰੂਰੀ ਹੈ ਸਰੀਰ ਨੂੰ ਹਾਰਡ ਬਣਾ ਕੇ ਆਇਓ ਚਾਹੇ ਤੁਸੀਂ ਬਹੁਤ ਵੱਡੀ ਪ੍ਰੋਫੈਸ਼ਨਲ ਜੋਬ 'ਤੇ ਹੋ ਤਾਂ ਵੀ ਤੁਹਾਡਾ ਸਰੀਰ ਹਾਰਡ ਚਾਹੀਦਾ ਉਰੇ ਕਿਉਂਕਿ ਇੱਕ ਵਾਰ ਤਾਂ ਤੁਹਾਨੂੰ ਆ ਕੇ ਲੇਬਰ ਕਰਨੀ ਪੈਣੀ ਆ ਚਾਹੇ ਜਿੱਡੇ ਮਰਜ਼ੀ ਤੁਸੀਂ ਡਾਕਟਰ ਵੀ ਹੋ ਤੁਹਾਨੂੰ ਸਿੱਧੀ ਡਾਇਰੈਕਟ ਆ ਕੇ ਉਰੇ ਜੋਬ ਨਹੀਂ ਮਿਲਣੀ ਡਾਕਟਰ ਦੀ ਹੋਈ ਹੈ ਨਾ ਇਸ ਕਰਕੇ ਤੁਹਾਨੂੰ ਕੀ ਕਰਨਾ ਪੈਣਾ ਤੁਹਾਨੂੰ ਹਾਰਡ ਜੋਬ ਇੱਕ ਵਾਰ ਕਰਨੀ ਪੈਣੀ ਆ ਕਈ ਵਾਰ ਤੁਹਾਨੂੰ ਵੱਡੇ ਵੱਡੇ ਭਾਰੀਆਂ ਭਾਰੀਆਂ ਚੀਜ਼ਾਂ ਵੀ ਚੱਕਣੀਆਂ ਪੈ ਸਕਦੀਆਂ ਹੈ ਨਾ ਅਤੇ ਜਾਂਦੇ ਹੀ ਮੰਨ ਲਓ ਵੀ ਕਈ ਬੰਦੇ ਕਹਿੰਦੇ ਅਸੀਂ ਟਰੱਕ 'ਤੇ ਚੜ੍ਹਦੇ ਹਾਂ ਜਾਂਦੇ ਵੀ ਟਰੱਕ 'ਤੇ ਨਹੀਂ ਚੜ੍ਹਿਆ ਜਾਂਦਾ ਉਰੇ ਟਰੱਕ ਦਾ ਪ੍ਰੋਸੈਸ ਵੀ ਕਰਨ ਨੂੰ ਘੱਟੋ ਘੱਟ ਸਾਲ ਡੇਢ ਸਾਲ ਲੱਗ ਜਾਂਦਾ ਹੈ ਨਾ ਕਿਉਂਕਿ ਪਾਸ ਕਰਨੇ ਬ੍ਰੇਕਾਂ ਦੇ ਟੈਸਟ ਦੇਣੇ ਅਤੇ ਟੈਸਟ ਬਹੁਤ 3-4 ਤਰ੍ਹਾਂ ਦੇ ਟੈਸਟ ਹੁੰਦੇ ਉਹ ਦੇਣੇ ਅਤੇ ਪਹਿਲਾਂ ਸ਼ੁਰੂ ਸ਼ੁਰੂ ਤੁਹਾਨੂੰ ਲੇਬਰ ਜੋਬ ਅਤੇ ਵੇਅਰ ਹਾਊਸ ਵਾਲੀਆਂ ਜੋਬਾਂ ਕਰਨੀਆਂ ਪੈਣੀਆਂ ਨੇ ਅਤੇ ਐਂ ਨਾ ਜਾਇਓ ਵੀ ਅਸੀਂ ਤਾਂ ਉੱਥੇ ਜਾ ਕੇ ਸਿੱਧਾ ਟਰੱਕ 'ਤੇ ਚੜ੍ਹ ਜਾਵਾਂਗੇ ਹੈ ਨਾ ਅਤੇ ਅਸੀਂ ਕਈ ਬੰਦਿਆਂ ਦਾ ਤਾਂ ਕਾਰ ਦਾ ਨਹੀਂ ਬਣਦਾ ਉਹ ਕਈ ਕਹਿ ਕੇ ਉੱਥੇ ਆਏ ਹੁੰਦੇ ਅਸੀਂ ਟਰੱਕ ਦਾ ਬਣਾ ਲਾਂਗੇ ਟਰੱਕ ਦਾ ਅਤੇ ਸਾਲ ਤੱਕ ਇਹਨੂੰ ਕਾਰ ਦਾ ਲਾਇਸੈਂਸ ਬਣਾਉਣ ਨਹੀਂ ਲੱਗ ਜਾਂਦਾ ਜਿਹੜੇ ਬੰਦੇ ਥੋੜ੍ਹੇ ਜਿਹੇ ਘੱਟ ਅਵੇਅਰ ਨੇ ਜਾਂ ਘੱਟ ਐਜੂਕੇਟਡ ਨੇ ਕਿਉਂਕਿ ਟੈਸਟ ਵੀ ਥੋੜ੍ਹਾ ਜਿਹਾ ਹਾਰਡ ਹੁੰਦਾ ਇਹਨਾਂ ਦਾ ਹੈ ਨਾ ਫਿਰ ਇਹਨਾਂ ਨੇ ਰੋਡ 'ਤੇ ਹੀ ਤੁਹਾਡੇ ਤੋਂ ਟੈਸਟ ਲੈਣਾ ਅਤੇ ਜਦੋਂ ਰੋਡ 'ਤੇ ਟੈਸਟ ਲੈਣਾ ਤਾਂ ਫੇਲ ਵੀ ਮੈਂਟੀ ਲਾਉਂਦੇ ਆ ਕਰਨ ਨੂੰ ਬਸ ਜਿਹੜੀਆਂ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸੀਆਂ ਹੋਣੀਆਂ ਇਹ ਤੁਹਾਨੂੰ ਇਹ ਵਲੌਗ 'ਚ ਮਿਲ ਜਾਣਗੀਆਂ ਅਤੇ ਜਾਂਦੇ ਜਾਂਦੇ ਤੁਹਾਨੂੰ ਅਪਾਰਟਮੈਂਟਾਂ ਦੀ ਝਲਕ ਵੀ ਦਿਖਾ ਦਈਏ ਇਹੋ ਜਿਹੇ ਅਪਾਰਟਮੈਂਟ ਹੁੰਦੇ ਨੇ ਇਹ ਥੋੜ੍ਹੇ ਜਿਹੇ ਭੀੜੇ ਹੁੰਦੇ ਨੇ ਆਪਣੇ ਪਿੰਡਾਂ ਵਾਲੇ ਘਰਾਂ ਵਾਂਗੂ ਨਹੀਂ ਹੁੰਦੇ ਆਹ ਹੁਣ ਮੰਨ ਲਓ ਵੀ ਇੱਕ ਅਪਾਰਟਮੈਂਟ ਆ ਇਹ ਤਾਂ ਇਹਦੇ ਵਿੱਚ ਇੱਕੋ ਹੀ ਬੈੱਡਰੂਮ ਹੋਊਗਾ ਇੱਕੋ ਹੀ ਵਾਸ਼ਰੂਮ ਹੋਊਗਾ ਹੈ ਨਾ ਅਤੇ ਇੱਕੋ ਹੀ ਹੋਊਗੀ ਕਿਚਨ ਅਤੇ ਸਕੂਲ ਵੀ ਤੁਹਾਨੂੰ ਦਿਖਾ ਦਈਏ ਆਹ ਹੈਗੇ ਆ ਕੈਨੇਡਾ ਦੇ ਸਕੂਲ ਸਿੰਪਲ ਇੱਕ ਬਿਲਡਿੰਗ ਆਹ ਸਿੰਪਲ ਇੱਕ ਬਿਲਡਿੰਗ ਹੁੰਦੀ ਆ ਅਤੇ ਉਹ ਛੋਟਾ ਮੋਟੇ ਝੂਲੇ ਝਾਲੇ 'ਚ ਲੱਗੇ ਹੁੰਦੇ ਨੇ ਇੱਥੇ ਜ਼ਿਆਦਾ ਗਰਾਊਂਡਾਂ ਦਾ ਇਹਨਾਂ ਨੇ ਜਾਣੀ ਜਿਵੇਂ ਆਪਣੇ ਇੰਡੀਆ ਦੇ ਵਿੱਚ ਬਹੁਤ ਵਧੀਆ ਵਧੀਆ ਗਰਾਊਂਡਾਂ ਸਕੂਲਾਂ ਦੇ ਵਿੱਚ ਹੁੰਦੀਆਂ ਨੇ ਉਹ ਸਿਸਟਮ ਨਹੀਂ ਹੁੰਦਾ ਇੱਥੇ ਹੈ ਨਾ ਵੀ ਬਹੁਤ ਵਧੀਆ ਗਰਾਊਂਡਾਂ ਦੇਣਗੇ ਤੁਹਾਨੂੰ ਜਾਂ ਆਪਾਂ ਖੇਡਣ ਖੁੱਡਣ ਵਾਲਾ ਸਿਸਟਮ ਉਰੇ ਬਹੁਤ ਘੱਟ ਆ ਅਤੇ ਪਲੇਅਰ ਵੀ ਤਾਂ ਹੀ ਇਸ ਕਰਕੇ ਕੈਨੇਡਾ ਦੇ ਬਾਹਲੇ ਜ਼ਿਆਦਾ ਨਹੀਂ ਹੈਗੇ ਆਈਸ ਹੋਕੀ ਦੇ ਬਹੁਤ ਜ਼ਿਆਦਾ ਨੇ ਅਥਲੈਟਿਕਸ 'ਚ ਬਹੁਤ ਘੱਟ ਨੇ ਆਈਸ ਹੋਕੀ ਤਾਂ ਗਏ ਕਿਉਂਕਿ ਇੱਥੇ ਆਈਸ ਹੀ ਹੁੰਦੀ ਹੈ ਇਸ ਕਰਕੇ ਆਈਸ ਹੋਕੀ ਜ਼ਿਆਦਾ ਖੇਡੀ ਜਾਂਦੀ ਆ ਅਤੇ ਚਲੋ ਜੀ ਚੰਗਾ ਜੀ ਤੁਹਾਨੂੰ ਵਧੀਆ ਲੱਗਿਆ ਮੇਰਾ ਵਲੌਗ ਤਾਂ ਇਹਨੂੰ ਕਰਿਓ ਸਬਸਕ੍ਰਾਈਬ ਅਤੇ ਕਰਿਓ ਲਾਈਕ ਵਲੌਗ ਨੂੰ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ।